ਇਹ ਭਿਆਨਕ ਸੜਕੀ ਹਾਦਸੇ ਦੀਆਂ ਤਸਵੀਰਾਂ। ਇਸ ਹਾਦਸੇ ਦੇ ਵਿੱਚ ਇੱਕ ਸ਼ਖਸ ਦੀ ਮੌਕੇ ਤੇ ਹੀ ਮੌਤ ਹੋ ਗਈ। ਕੰਨਾਂ ਦੇ ਵਿੱਚ ਹੈੱਡਫੋਨ ਲਾ ਕੇ ਗਾਣੇ ਸੁਣਦਾ ਆ ਰਿਹਾ ਸੀ ਤਾਂ ਸਾਹਮਣੇ ਤੋਂ ਬਾਈਕ ਆਈ ਜਿਸ ਨੇ ਜ਼ੋਰਦਾਰ ਟੱਕਰ ਮਾਰੀ। ਮੌਕੇ ਤੇ ਹੀ ਇੱਕ ਸ਼ਖਸ ਦੀ ਮੌਤ ਹੋ ਗਈ ਜਦਕਿ ਦੋ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਬਰਨਾਲਾ ਸੇਖਾ ਰੋਡ ਦੀਆਂ ਇਹ ਤਸਵੀਰਾਂ ਨੇ ਜਿੱਥੇ ਦੋ ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਉਹ ਭਿਆਨਕ ਟੱਕਰ ਹੋਈ। ਇੱਕ ਸ਼ਖਸ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੂਜਿਆਂ ਨੂੰ ਜ਼ਖਮੀ ਹਾਲਤ ਵਿੱਚ ਬਰਨਾਲਾ ਦੇ ਸਰਕਾਰੀ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। SSF ਦੇ ਮੁਲਾਜ਼ਮ ਮੌਕੇ ਤੇ ਪਹੁੰਚੇ ਸੀ ਜਿਨ੍ਹਾਂ ਦੇ ਵੱਲੋਂ ਜ਼ਖਮੀਆਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਦੋ ਮੋਟਰਸਾਈਕਲ ਨੇ ਜਿਨ੍ਹਾਂ ਦੀ ਆਹਮੋ ਸਾਹਮਣੇ ਭਿਆਨਕ ਟੱਕਰ ਹੋਈ। ਇਸ ਟੱਕਰ ਦੇ ਵਿੱਚ ਇੱਕ ਬਾਈਕ ਸਵਾਰ ਜਿਸ ਦੇ ਕੰਨਾਂ ਦੇ ਵਿੱਚ ਹੈੱਡਫੋਨ ਲਾਏ ਹੋਏ ਸੀ ਮੌਕੇ ਤੇ ਹੀ ਉਸ ਸ਼ਖਸ ਦੀ ਜਾਨ ਚਲੀ ਗਈ। ਦੋ ਜ਼ਖਮੀ ਹੋਏ ਨੇ, ਜ਼ਖਮੀਆਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਦੱਸ ਦਈਏ ਕਿ ਦੋ ਬਾਈਕ ਜਿਨ੍ਹਾਂ ਦੀ ਆਹਮੋ ਸਾਹਮਣੇ ਜ਼ਬਰਦਸਤ ਟੱਕਰ ਹੋਈ, ਇੱਕ ਸ਼ਖਸ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਬਰਨਾਲਾ ਸੇਖਾ ਰੋਡ ਦੀਆਂ ਇਹ ਤਸਵੀਰਾਂ ਨੇ। ਸਾਡੇ ਕੋਲ ਦੋ ਮਰੀਜ਼ਾਂ ਨੂੰ ਸੜਕ ਸੁਰੱਖਿਆ ਫੋਰਸ ਵਾਲੇ ਲੈ ਕੇ ਆਏ ਸੀ। ਉਹਨਾਂ ਦੇ ਮੁਤਾਬਕ ਇਹ ਐਕਸੀਡੈਂਟ ਜਿਹੜਾ ਹੋਇਆ, ਦੋ ਮੋਟਰਸਾਈਕਲ ਟੱਕਰ ਹੋ ਕੇ ਹੋਇਆ, ਸੇਖਾ ਅਤੇ ਬਰਨਾਲਾ ਦੇ ਵਿਚਾਲੇ ਰੋਡ ਹੈ। ਉਹਨਾਂ ਦੇ ਵਿੱਚੋਂ ਇੱਕ ਮਰੀਜ਼ ਜੋ ਸੀਗਾ ਉਹ ਬਰੋਡਡ ਸੀ ਅਤੇ ਦੂਸਰੇ ਮਰੀਜ਼ ਦਾ ਹੈਗਾ ਜਿਹੜਾ ਫ੍ਰੈਕਚਰ ਵਗੈਰਾ ਹੈਗੇ ਨੇ ਉਹਦਾ ਅਸੀਂ ਟ੍ਰੀਟਮੈਂਟ ਕਰ ਰਹੇ ਹਾਂ। ਆ ਹੁਣੇ ਹੁਣੇ ਪਤਾ ਲੱਗਾ ਇੱਕ ਪੇਸ਼ੈਂਟ, ਇੱਕ ਡੈੱਡ ਬੋਡੀ ਹੋਰ ਉਸੇ ਐਕਸੀਡੈਂਟ ਤੋਂ ਬਾਅਦ ਲੈ ਕੇ ਆਈ ਹੈ ਪੁਲਿਸ। ਅਤੇ ਉਹ ਤਾਂ ਫਿਰ ਮਤਲਬ ਬਰੋਡ ਡੈੱਡ ਹੀ ਸੀ ਜਿਹਦਾ ਮਤਲਬ ਟ੍ਰੀਟਮੈਂਟ ਚੱਲ ਰਿਹਾ, ਫ੍ਰੈਕਚਰ ਵਗੈਰਾ ਹੈ ਉਹਦਾ ਕਰ ਰਹੇ ਹੈਗੇ। ਉਹ ਠੀਕ ਹੈ, ਬੇਸਿਕਲੀ ਉਹਦੇ ਫ੍ਰੈਕਚਰ ਜ਼ਿਆਦਾ ਨੇਗੇ, ਹੋ ਸਕਦਾ ਸਾਨੂੰ ਹਾਇਰ ਸੈਂਟਰ 'ਤੇ ਜਿਵੇਂ ਫਰੀਦਕੋਟ ਮੈਡੀਕਲ ਕਾਲਜ ਭੇਜਣਾ ਪਵੇਗਾ, ਪਰ ਉਹਦੀ ਹਾਲਾਤ ਸਟੇਬਲ ਹੈ। ਅਸੀਂ ਅਮਰਜੀਤ ਸਿੰਘ, ਸਿਟੀ 2 ਬਰਨਾਲਾ, ਅੱਜ ਡਿਊਟੀ ਉਸ ਮੌਜੂਦ ਸੀ ਮੈਂ। ਮੈਨੂੰ ਕੰਟਰੋਲ ਰੂਮ ਤੋਂ ਇੱਕ ਤਲਾਹ ਮਿਲੀ ਕਿ ਰੰਗੀਆਂ ਵਾਲਾ ਕੋਠਾ ਟੱਪ ਕੇ ਸੁਜੀਤਪੁਰਾ ਕੋਠਾ, ਉੱਥੇ ਮੋਟਰਸਾਈਕਲ ਸਵਾਰਾਂ ਦਾ ਐਕਸੀਡੈਂਟ ਹੋਇਆ। ਇੱਕ ਦੋ ਜਵਾਨ ਮੋਟਰਸਾਈਕਲ 'ਤੇ ਆਉਂਦੇ ਸੀਗੇ ਬਰਨਾਲੇ ਵੱਲੋਂ, ਇੱਕ ਆਉਂਦਾ ਸੀ ਆਪਣੇ ਮੋਟਰਸਾਈਕਲ 'ਤੇ ਸੇਖਾ ਸਾਈਡ ਤੋਂ, ਹਜੇ ਜਿਨ੍ਹਾਂ ਦੀ ਇੱਕ ਦੀ ਡੈੱਥ ਹੋ ਚੁੱਕੀ ਹੈ ਸੇਖਾ ਰੋਡ ਤੋਂ ਜਿਹੜਾ ਆ ਰਿਹਾ ਸੀਗਾ, ਅਤੇ ਦੂਸਰਾ ਦਾ ਉਹ ਪਤਾ ਲੱਗੂ ਵੀ ਉਹਨਾਂ ਦਾ ਵੀ ਸਿਰ ਚੋਟ ਲੱਗੀ ਹੈ, ਜਿਨ੍ਹਾਂ ਨੂੰ ਪੁਲਿਸ ਦੀ ਮਦਦ ਨਾਲ, ਆਮ ਰਾਹਗੀਰਾਂ ਦੀ ਮਦਦ ਨਾਲ ਹੋਸਪਿਟਲ ਟ੍ਰੀਟਮੈਂਟ ਕਰਾਉਣ ਲਈ ਜਮ੍ਹਾਂ ਕਰਾਇਆ ਗਿਆ। ਡੈੱਡ ਬੋਡੀ ਨੂੰ ਸਿਵਲ ਹਸਪਤਾਲ ਬਰਨਾਲਾ ਦੇ ਡੈੱਡ ਹੋਸਪਿਟਲ 'ਚ ਰਖਾ ਕੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਹੈ। ਅਤੇ ਆਸ ਪਾਸ ਦੇ ਲੋਕਾਂ ਤੋਂ ਪਤਾ ਲੱਗਿਆ ਰਾਹਗੀਰਾਂ ਤੋਂ ਵੀ ਇੱਕ ਦੂਸਰੇ ਨੂੰ ਓਵਰਟੇਕ ਕਰਦੇ ਆਉਂਦੇ ਸੀਗੇ, ਉਹਦੇ ਆਵਾਜ਼ ਦੀ ਉਲਝਣ ਨਾਲ ਹੀ ਮੋਟਰਸਾਈਕਲ ਟਕਰਾ ਗਿਆ ਇੱਕ ਦੂਸਰੇ ਦਾ, ਜਿਹਦੇ ਵਿੱਚੋਂ ਸਿਖਾ ਰੋਡ ਆਉਂਦੇ ਬੰਦੇ ਦੀ ਡੈੱਥ ਹੋ ਗਈ ਹੈ। ਅਤੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਹੈ। ਕਾਰਨ ਆਪਣਾ ਸੇਖੇ ਤੋਂ ਜਦੋਂ ਉਹਨੂੰ ਆਪਾਂ ਬਰਨਾਲੇ ਨੂੰ ਜਾਂਦੇ ਹਾਂ, ਉਹ ਰੋਡ ਦੇ ਉੱਤੇ ਹਾਦਸਾ ਹੋਇਆ ਗਾ ਜੀ, ਅਤੇ ਦੋ ਮੋਟਰਸਾਈਕਲ ਆਪਸ ਦੇ ਵਿੱਚ ਟਕਰਾ ਗਏ ਨੇਗੇ, ਅਤੇ ਉਹਦੇ ਵਿੱਚ ਇੱਕੋ ਦੀ ਮੌਤ ਹੋ ਗਈ ਹੈ ਅਤੇ ਦੋ ਜ਼ਖਮੀ ਸੀ। ਉਹਨਾਂ ਨੂੰ SSS ਦੀ ਟੀਮ ਲੰਘ ਰਹੀ ਸੀ ਅਤੇ ਉਹ ਆਪਦਾ ਉਹਨਾਂ ਨੂੰ ਸਿਵਲ ਹੋਸਪਿਟਲ ਬਰਨਾਲੇ ਲੈ ਗਏ ਨੇਗੇ, ਆਪਸ 'ਚ ਟਕਰਾਏ ਨੇ। ਹਾਂਜੀ, ਅਤੇ ਦੋ ਸੇਖੇ ਦੇ ਦੱਸ ਰਹੇ, ਇੱਕ ਦਾ ਜਿਹਦੀ ਮੌਤ ਹੋਈ ਉਹਦੇ ਬਾਰੇ ਹਜੇ ਕੁਛ ਨਹੀਂ ਪਤਾ ਲੱਗਿਆ ਉਹ ਕਿੱਥੋਂ ਦਾ ਗਈ, ਆਮਨੋ ਸਾਹਮਣੇ ਟਕਰਾਏ ਨੇ। ਹਾਂਜੀ, ਉਹਨਾਂ ਦੀ ਇੱਕ ਦੀ ਥੋੜ੍ਹਾ ਜਿਹਾ ਕੰਡੀਸ਼ਨ ਮਾੜੀ ਸੀਗੀ, ਇੱਕ ਠੀਕ ਸੀਗੇ।